ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ, ਜਿੱਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਹਫ਼ਤੇ ਦੌਰੇ ਉੱਤੇ ਨਿਕਲ ਰਹੇ ਜੀ ਬਾਹਰ। ਤਿੰਨ ਮੁਲਕਾਂ ਦਾ ਦੌਰਾ ਉਹਨਾਂ ਨੇ ਕਰਨਾ ਜਿਹਦੇ ਵਿੱਚ ਪਹਿਲਾਂ ਉਹਨਾਂ ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਜਾਣਾ, ਦੋ ਦਿਨ ਉੱਥੇ ਉਹ ਰਹਿਣਗੇ, ਜਿੱਥੇ ਕਿ ਉਹਨਾਂ ਨੇ ਏਸ਼ੀਆ ਦੇ 10 ਮੁਲਕਾਂ ਦੀ ਇੱਕ ਜਿਹੜੀ ਸਾਂਝੀ ਸੰਸਥਾ ਆ ਉੱਥੇ ਮਿਲਣਾ ਉਹਨਾਂ ਨੇ ਜਾ ਕੇ। ਸੋ ਇਸ ਸਾਊਥ ਏਸ਼ੀਆ ਦੇ ਵਿੱਚ ਜਿਹੜੇ ਛੋਟੇ ਛੋਟੇ ਮੁਲਕ ਆ ਉਹਨਾਂ ਨਾਲ ਮਿਲ ਕੇ ਉਹ ਵਪਾਰ ਦੇ ਰਾਹ ਖੋਲ੍ਹਣਾ ਚਾਹੁੰਦੇ ਆ। ਕੈਨੇਡਾ ਉਹਨਾਂ ਨਾਲ ਕਿੱਦਾਂ ਵਪਾਰ ਵਧਾ ਸਕਦਾ ਆ, ਇਸ ਸੰਬੰਧੀ ਉਹ 10 ਮੁਲਕ ਜਿਹੜੇ ਆ ਉਹਨਾਂ ਦੀ ਐਸੋਸੀਏਸ਼ਨ ਸਾਊਥ ਈਸਟਰਨ ਏਸ਼ੀਅਨ ਨੇਸ਼ਨਸ ਉਹਨਾਂ ਦੇ ਨਾਲ ਉਹਨਾਂ ਦੀ ਮੀਟਿੰਗ ਹੋਊਗੀ। ਦੋ ਦਿਨ ਉਹਨਾਂ ਨੇ ਉੱਥੇ ਲਾਉਣੇ ਆ, ਉਸ ਤੋਂ ਬਾਅਦ ਅਗਲੇ ਦੋ ਦਿਨ ਉਹ ਸਿੰਗਾਪੁਰ ਪਹੁੰਚਣਗੇ। ਸਿੰਗਾਪੁਰ ਅਤੇ ਕੈਨੇਡਾ ਦੀ ਸਾਂਝ ਕਿਵੇਂ ਵਧਾਈ ਜਾ ਸਕਦੀ ਆ, ਐਕਸਪੋਰਟ ਦੇ ਸੰਬੰਧੀ ਉਹ ਕੀ ਕਰ ਸਕਦੇ ਆ, ਇਸ ਸੰਬੰਧੀ ਉਹ ਸਿੰਗਾਪੁਰ ਦੇ ਮੁਖੀ ਦੇ ਨਾਲ ਅਤੇ ਨਾਲ ਦੀ ਨਾਲ ਜਿਹੜੇ ਬਿਜ਼ਨਸ ਲੀਡਰਸ ਆ ਉਹਨਾਂ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਆ। ਸੋ ਦੋ ਦਿਨ ਇੰਡੋਨੇਸ਼ੀਆ ਅਤੇ ਦੋ ਦਿਨ ਸਿੰਗਾਪੁਰ 'ਚ ਬਿਤਾਉਣ ਤੋਂ ਬਾਅਦ ਅਗਲੇ ਦੋ ਦਿਨ ਉਹਨਾਂ ਨੇ ਭਾਰਤ ਜਾਣਾ, ਜਿੱਥੇ ਕਿ G20 ਦੀ ਮੇਜ਼ਬਾਨੀ ਭਾਰਤ ਵਿੱਚ ਕੀਤੀ ਜਾ ਰਹੀ ਆ। ਦੁਨੀਆ ਦੇ ਵੱਡੇ 20 ਮੁਲਕਾਂ ਦਾ ਇਕੱਠ G20, ਉਹ ਇਸ ਵਾਰ ਜਿੰਨੀਆਂ ਵੀ ਇਕੱਤਰਤਾਵਾਂ ਹੋ ਰਹੀਆਂ ਭਾਰਤ ਵਿੱਚ ਹੋ ਰਹੀਆਂ, ਦੁਨੀਆ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਡਿਪਲੋਮੈਟਸ ਜਿਹੜੇ ਆ ਉੱਥੇ ਅੱਡ ਮੀਟਿੰਗਾਂ ਦੇ ਵਿੱਚ ਸ਼ਾਮਿਲ ਹੋ ਰਹੇ ਆ। ਅਤੇ ਇਸੇ ਮੌਕੇ ਦਾ ਫਾਇਦਾ ਚੱਕ ਕੇ ਦੋ ਦਿਨਾਂ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਥੇ ਜਾ ਕੇ ਮਿਲਣਾ। ਸੋ ਉੱਥੇ ਵੀ ਉਹ ਅੱਡ ਅੱਡ ਡੀਲਸ ਜਿਹੜੀਆਂ ਆ, ਚਾਹੇ ਉਹ ਡਿਫੈਂਸ ਖੇਤਰ ਦੀਆਂ ਆ ਅਤੇ ਚਾਹੇ ਉਹ ਵਪਾਰਕ ਡੀਲਸ ਆ, ਸਾਈਨ ਕਰਨ ਦੀ ਕੋਸ਼ਿਸ਼ ਕਰਨਗੇ। ਕੈਨੇਡਾ ਵੱਲੋਂ ਭਾਰਤ ਨਾਲ ਮਿਲ ਕੇ ਤਿਆਰ ਕੀਤੀ ਗਈ ਇੰਡੋ ਪੈਸੀਫਿਕ ਡੀਲ, ਇਹ ਕਾਫੀ ਚਰਚਾ ਦੇ ਵਿੱਚ ਆ, ਇਹ ਅੱਗੇ ਕਿੰਨੀ ਕੁ ਵੱਧਦੀ ਆ ਇਹ ਫਿਰ ਹੁਣ ਉਹਨਾਂ ਦੀ ਮੀਟਿੰਗ ਤੋਂ ਬਾਅਦ ਪਤਾ ਲੱਗੂਗਾ ਜੀ। ਸੋ ਇਸ ਦੇ ਨਾਲ ਹੀ ਜਿਹੜਾ ਕੈਨੇਡਾ, ਅਮਰੀਕਾ, ਇੰਗਲੈਂਡ, ਫਰਾਂਸ, ਜਰਮਨ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਰੂਸ ਨੂੰ G20 ਦੇ ਵਿੱਚ ਵੀ ਘੇਰਿਆ ਜਾਵੇ। ਸੋ ਜਿਹੜੀਆਂ ਵੱਡੀਆਂ ਤਾਕਤਾਂ ਆ ਉਹ ਦੋ ਫਾੜ ਹੋ ਚੁੱਕੀਆਂ, ਇੱਕ ਪਾਸੇ ਹੁਣ ਪੱਛਮੀ ਮੁਲਕ ਆ, ਦੂਜੇ ਪਾਸੇ ਚੀਨ ਅਤੇ ਰੂਸ ਹੋ ਗਏ ਆ। ਇੰਡੀਆ ਹਲੇ ਵਿੱਚ ਵਿਚਾਲੇ ਜਿਹੜਾ ਲਮਕਦਾ ਆ, ਬ੍ਰਾਜ਼ੀਲ, ਸਾਊਥ ਅਫਰੀਕਾ ਜਾਂ ਜਿਹੜੇ ਮਿਡਲ ਈਸਟ ਦੇ ਮੁਲਕ ਆ ਉਹਨਾਂ ਨੇ ਕੀ ਕਰਨਾ ਉਹਦੇ ਵਾਸਤੇ ਹਜੇ ਪੂਰਾ ਖੁੱਲ੍ਹ ਕੇ ਗੱਲ ਜਿਹੜੀ ਆ ਹੋ ਨਹੀਂ ਰਹੀ ਹੈਗੀ। ਸੋ ਧੜੇਬੰਦੀ ਦੇ ਵਿੱਚ ਹਰੇਕ ਕੋਸ਼ਿਸ਼ ਕਰ ਰਿਹਾ ਧੜਾ ਵੀ ਮੇਰੇ ਨਾਲ ਵੱਧ ਬੰਦੇ ਜਿਹੜੇ ਆ ਜੁੜ ਜਾਣ, ਵੱਧ ਮੁਲਕ ਜੁੜ ਜਾਣ। ਸੋ ਇਸ ਵਾਸਤੇ ਜਿਹੜੀ ਕਾਫੀ ਕਸ਼ਮਕਸ਼ ਚੱਲ ਰਹੀ ਆ। G20 ਦੇ ਵਿੱਚ ਪੱਛਮੀ ਮੁਲਕਾਂ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਜਿਹੜੇ ਜ਼ੇਲੈਂਸਕੀ ਨੇ, ਵਲਾਦੀਮੀਰ ਜ਼ੇਲੈਂਸਕੀ, ਉਹਨਾਂ ਦਾ ਭਾਸ਼ਣ ਹੋਵੇ, ਉੱਥੇ ਉਹਨਾਂ ਨੂੰ ਸੱਦਿਆ ਜਾਵੇ, ਉੱਥੇ ਉਹਨਾਂ ਦੀ ਸੁਣੀ ਜਾਵੇ। ਪਰ G20 ਦੇ ਵਿੱਚੋਂ ਕਈ ਮੁਲਕ ਜਿਹੜੇ ਇਸ ਗੱਲ ਵਾਸਤੇ ਸਹਿਮਤ ਨਹੀਂ ਹੋਏ, ਉਲਟਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਿਹੜੇ ਆ ਉਹਨਾਂ ਨੂੰ ਸੱਦਾ ਦਿੱਤਾ ਗਿਆ ਵੀ ਤੁਸੀਂ ਆ ਕੇ ਸੰਬੋਧਨ ਕਰੋ, ਜਦੋਂ ਕਿ ਪੱਛਮੀ ਮੁਲਕ ਇਹ ਚਾਹੁੰਦੇ ਸੀ ਕਿ ਵਲਾਦੀਮੀਰ ਪੁਤਿਨ ਦਾ ਉੱਥੇ ਬਾਈਕਾਟ ਹੋਵੇ। ਸੋ ਪੱਛਮੀ ਮੁਲਕਾਂ ਦੇ ਵਿੱਚ ਕਹਿਣ ਦੇ ਉਲਟ ਹੋ ਰਿਹਾ G20 ਦੇ ਵਿੱਚ, ਹਾਲਾਂਕਿ ਵੱਡੀਆਂ ਤਾਕਤਾਂ ਉਹ ਗਿਣੇ ਜਾ ਰਹੇ ਆ। ਸੋ ਉਹ ਚਾਹੁੰਦੇ ਸੀ ਕਿ ਵੀ ਰੂਸ ਦਾ ਬਾਈਕਾਟ ਹੋਵੇ, ਰੂਸ ਨੂੰ ਸੱਦਾ ਭੇਜ ਦਿੱਤਾ। ਉਹ ਚਾਹੁੰਦੇ ਸੀ ਵੀ ਯੂਕਰੇਨ ਦੇ ਰਾਸ਼ਟਰਪਤੀ ਨੂੰ ਉੱਥੇ ਬੁਲਾਇਆ ਜਾਵੇ, ਉਹ ਕਹਿੰਦੇ ਵੀ ਅਸੀਂ ਬੋਲਣ ਨਹੀਂ ਦੇਣਾ। ਸੋ ਇਹ ਇੱਕ ਵੱਡੇ ਪੱਧਰ ਦੇ ਉੱਤੇ ਦੱਸ ਰਹੀ ਹੈ ਗੱਲ ਵੀ ਕਿਵੇਂ ਦੁਨੀਆ ਪੱਧਰ ਦੇ ਉੱਤੇ ਪੱਛਮੀ ਮੁਲਕਾਂ ਦੇ ਖਿਲਾਫ਼ ਵਿਦਰੋਹ ਦੀ ਇੱਕ ਜਿਹੜੀ ਲਹਿਰ ਖੜ੍ਹੀ ਹੋ ਰਹੀ ਆ ਉਹ ਕਿਵੇਂ ਤਾਕਤਵਰ ਹੋ ਰਹੀ ਆ, ਇਹ ਗੱਲਾਂ ਸਾਨੂੰ ਇਸ਼ਾਰਿਆਂ ਦੇ ਵਿੱਚ ਸਮਝਾਉਣ ਲਈ ਕਾਫ਼ੀ ਹੋਣੀਆਂ ਚਾਹੀਦੀਆਂ। ਸੋ ਜਦੋਂ ਹੁਣ ਪੂਰੀ ਇਹ ਕਸ਼ਮਕਸ਼ ਚੱਲ ਰਹੀ ਆ, ਧੜੇਬੰਦੀ ਚੱਲ ਰਹੀ ਆ, ਤਾਂ ਇਹਦੇ ਲਈ ਜਿਹੜਾ ਅਗਲਾ ਹੈਗਾ ਦਾਰੋ ਮਦਾਰ ਉਹ ਮਿਡਲ ਈਸਟ ਦੀਆਂ ਕੰਟਰੀਜ਼, ਮੱਧ ਪੂਰਬੀ ਏਸ਼ੀਆ ਦੇ ਮੁਲਕ ਜਿਹੜੇ ਆ ਉਹ, ਅਤੇ ਨਾਲ ਦੀ ਨਾਲ ਸਾਊਥ ਅਫਰੀਕਾ ਆ। ਸੋ ਉੱਥੇ ਵੀ ਇਹ ਕਾਫ਼ੀ ਡਰਾਵੇ ਦਿੱਤੇ ਜਾ ਰਹੇ ਆ ਕਿ ਜੇਕਰ ਰੂਸ ਅਤੇ ਚੀਨ ਦੇ ਨਾਲ ਵਪਾਰ ਖੋਲ੍ਹਿਆ ਗਿਆ ਤਾਂ ਉਹ ਕਹਿੰਦੇ ਵੀ ਤੁਹਾਨੂੰ ਨੱਪ ਲੈਣਗੇ, ਖਾ ਜਾਣਗੇ, ਤੁਹਾਡਾ ਨੁਕਸਾਨ ਕਰਨਗੇ। ਅਤੇ ਉਹਨਾਂ ਦਾ ਪੱਛਮੀ ਮੁਲਕਾਂ ਨੂੰ ਜਵਾਬ ਇਹ ਆ ਵੀ ਤੁਸੀਂ 200 ਸਾਲ ਤੋਂ ਸਾਨੂੰ ਖਾਧਾ, ਵੀ ਜੇ ਹੁਣ ਉਹ ਖਾ ਲਓਗੇ ਤਾਂ ਕੋਈ ਵੱਡੀ ਗੱਲ ਨਹੀਂ, ਤੁਸੀਂ ਸਾਨੂੰ ਖਾ ਕੇ ਤਾਂ ਮੁੜ ਕੇ ਨੰਗ ਭੁੱਖ ਫਿਰ ਸਾਡੇ ਉਵੇਂ ਹੀ ਆ, ਭੁੱਖ ਮਰੀ ਉਵੇਂ ਹੀ ਆ। ਅਤੇ ਜੇਕਰ ਚੀਨ ਆ ਰਿਹਾ ਸਾਡੇ ਸਾਊਥ ਅਫਰੀਕਾ ਵਾਲੇ ਖਾਸ ਕਰਕੇ ਗੱਲ ਕਹਿ ਰਹੇ ਆ ਤਾਂ ਉਹ ਉੱਥੇ ਰੋਡਸ ਬਣਾ ਰਹੇ, ਇਨਫਰਾਸਟ੍ਰਕਚਰ ਬਣਾ ਰਹੇ, ਹਸਪਤਾਲ, ਸਕੂਲ ਬਣਾ ਰਹੇ ਆ, ਵੀ ਕੁਛ ਨਾ ਕੁਛ ਫਾਇਦਾ ਤਾਂ ਹੋਊਗਾ। ਸੋ ਇਹ ਜਿਹੜੀ ਧੜੇਬੰਦੀ ਆ ਇਹਨੇ ਗਾਹਾਂ ਦੁਨੀਆ ਨੂੰ ਇੱਕ ਮੋੜ ਦੇ ਉੱਤੇ ਲਿਜਾ ਕੇ ਖੜ੍ਹਾ ਕਰਨਾ ਜਿੱਥੇ ਆਪਾਂ ਤੀਜੇ ਵਿਸ਼ਵ ਯੁੱਧ ਦੀ ਗੱਲ ਕਰ ਸਕਦੇ ਹਾਂ। ਸੋ ਇਹ ਬੜੀ ਤੇਜ਼ੀ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ, ਉੱਪਰੋਂ ਦੇਖਣ ਨੂੰ ਇਹ ਗੱਲਾਂ ਬਹੁਤ ਛੋਟੀਆਂ ਲੱਗਦੀਆਂ, ਪਰ ਜਦੋਂ ਡੂੰਘਾਈ ਦੇ ਵਿੱਚ ਜਾ ਕੇ ਤੁਸੀਂ ਦੇਖਦੇ ਹਾਂ ਤਾਂ ਅੰਦਰ ਖਾਤੇ ਮੁਲਕ ਹਿਲਾਏ ਪਏ ਆ, ਅੰਦਰ ਖਾਤੇ ਬਹੁਤ ਕੁਝ ਅਜਿਹਾ ਚੱਲ ਰਿਹਾ ਹੈ। ਗੱਲ ਕਰੀਏ ਲਿਬਰਲ ਪਾਰਟੀ ਦੀ, ਲਿਬਰਲ ਪਾਰਟੀ ਜਿਹੜੀ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਸਰਕਾਰ ਚਲਾ ਰਹੀ ਹੈ, ਜਿਹਦੇ ਮੁਖੀ ਜਸਟਿਨ ਟਰੂਡੋ ਆ। ਜਦੋਂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣੇ ਸੀਗੇ ਤਾਂ ਇਹ ਬਹੁਤ ਗੱਲ ਉੱਭਰ ਕੇ ਸਾਹਮਣੇ ਆਈ ਸੀ ਵੀ ਉਹ ਨੌਜਵਾਨ ਵਰਗ ਦੇ ਅਤੇ ਖਾਸ ਕਰਕੇ ਔਰਤਾਂ ਦੇ ਬੜੇ ਪਸੰਦੀਦਾ ਆ।
ਸੋਨੇ ਦਾ ਕ੍ਰਿਸ਼ਮਾ ਇਹੋ ਜਿਹਾ ਸੀਗਾ, ਜਵਾਨ ਲੁੱਕ ਜਿਹੜੀ ਇਹੋ ਜਿਹੀ ਸੀਗੀ ਕਿ ਨੌਜਵਾਨ ਉਹਨਾਂ ਤੋਂ ਪ੍ਰਭਾਵਿਤ ਹੋ ਗਏ, ਔਰਤਾਂ ਬੜੀਆਂ ਪ੍ਰਭਾਵਿਤ ਹੋਈਆਂ ਵੀ ਇਹ ਜਿਹੜਾ ਨੌਜਵਾਨ ਪ੍ਰਧਾਨ ਮੰਤਰੀ ਹੈ ਇਹ ਮੁਲਕ ਦਾ ਕੁਛ ਨਾ ਕੁਛ ਕਰੂਗਾ। ਪਰ ਹੁਣ ਜਿਹੜੇ ਸਰਵੇਖਣ ਆ ਰਹੇ ਆ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਲਿਬਰਲ ਪਾਰਟੀ ਤੋਂ ਨੌਜਵਾਨ ਵਰਗ ਦਾ ਮੋਹ ਭੰਗ ਹੋ ਚੁੱਕਾ। ਜਿਹੜੇ ਤਾਜ਼ਾ ਸਰਵੇਖਣ ਨੈਨਾ ਸਰਵੇ ਵੱਲੋਂ ਕਰਵਾਏ ਗਏ ਉਹਦੇ ਵਿੱਚ ਦੱਸਿਆ ਗਿਆ ਕਿ ਸਿਰਫ 16% ਨੌਜਵਾਨ ਜਿਨ੍ਹਾਂ ਦੀ ਉਮਰ 18 ਤੋਂ 29 ਸਾਲ ਦੇ ਵਿਚਾਲੇ ਆ ਉਹ ਲਿਬਰਲ ਪਾਰਟੀ ਨੂੰ ਪਸੰਦ ਕਰਦੇ ਆ ਅਤੇ ਬਾਕੀ ਜਿਹੜੇ ਆ ਜੀ ਉਹ ਖਿੰਡ ਪੁੰਡ ਗਏ ਆ। ਸੋ ਇੱਕ ਅਗਲਾ ਸਵਾਲ ਫਿਰ ਆਊਗਾ ਵੀ ਜਿਹੜੀ ਫਿਰ ਇਹ ਲਿਬਰਲ ਪਾਰਟੀ ਦੀ ਹਰਮਨ ਪਿਆਰਤਾ ਨੌਜਵਾਨਾਂ ਵਿੱਚ ਘਟੀ ਆ ਉਹ ਫਿਰ ਗਈ ਕਿੱਧਰ? ਉਹ ਕੰਜ਼ਰਵੇਟਿਵ ਪਾਰਟੀ ਨੂੰ ਇਕੱਲੀ ਤੋਂ ਨਹੀਂ ਗਈ, ਉਹ ਵੰਡ ਗਈ ਆ। ਉਹ ਵੰਡ ਹੋ ਕੇ NDP ਦੇ ਮਗਰ ਵੀ ਗਈ ਆ ਅਤੇ ਕੰਜ਼ਰਵੇਟਿਵ ਪਾਰਟੀ ਦੇ ਮਗਰ ਵੀ ਗਈ ਆ। ਉਹਨਾਂ ਨੂੰ ਜਗਮੀਤ ਸਿੰਘ ਵੀ ਪਸੰਦ ਆ, ਉਹਨਾਂ ਨੂੰ ਪੀਅਰ ਪੌਲੀ ਵੀ ਪਸੰਦ ਆ। ਤੋ ਜਿਹੜੇ ਸਰਵੇਖਣ ਦੇ ਮੁਤਾਬਕ ਦੇਖੀਏ ਤਾਂ ਸਭ ਤੋਂ ਪਹਿਲਾਂ ਨੌਜਵਾਨਾਂ ਦੀ ਪਸੰਦ ਜਿਨ੍ਹਾਂ ਦੀ ਉਮਰ 18 ਤੋਂ 29 ਸਾਲ ਆ ਤਾਂ ਉਹ ਹੈਗੀ ਆ ਕੰਜ਼ਰਵੇਟਿਵ ਪਾਰਟੀ। ਤਕਰੀਬਨ 39% ਨੌਜਵਾਨ ਚਾਹੁੰਦੇ ਆ ਵੀ ਅਸੀਂ ਕੰਜ਼ਰਵੇਟਿਵ ਪਾਰਟੀ ਦੀ ਸੋਚ ਜਿਹੜੀ ਆ ਉਹਦੇ ਨਾਲ ਸਹਿਮਤ ਹਾਂ। ਦੂਜੇ ਨੰਬਰ ਦੇ ਉੱਤੇ 31% ਦੇ ਨਾਲ ਜਗਮੀਤ ਸਿੰਘ ਦੀ NDP ਪਾਰਟੀ ਆ ਗਈ ਹੈ ਅਤੇ ਟੂਡੋ 16% ਦੇ ਨਾਲ ਖਿਸ ਕੇ ਤੀਜੇ ਨੰਬਰ ਦੇ ਉੱਤੇ ਚਲੇ ਗਏ ਆ। ਸੋ ਇੱਕ ਆਪਣੇ ਆਪ ਦੇ ਵਿੱਚ ਹੀ ਲਿਬਰਲ ਪਾਰਟੀ ਦੇ ਵਾਸਤੇ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਜੀ। ਇਸ ਦੇ ਨਾਲ ਹੀ ਗੱਲ ਕਰੀਏ ਕੈਨੇਡਾ ਦੇ ਅੰਕੜਿਆਂ ਦੀ। ਕੈਨੇਡਾ ਦੇ ਅੰਕੜਿਆਂ ਦੇ ਵਿੱਚ ਇਹ ਗੱਲ ਆਖੀ ਗਈ ਸੀਗੀ ਕਿ ਕੈਨੇਡਾ ਦੇ ਵਿੱਚ ਅੰਦਾਜ਼ਨ 1 ਮਿਲੀਅਨ ਦੇ ਕਰੀਬ ਕੱਚੇ ਲੋਕ ਰਹਿ ਰਹੇ ਆ, ਯਾਨੀ ਕਿ ਇਹਨਾਂ ਦੀ ਗਿਣਤੀ 10 ਲੱਖ ਆ। ਕੱਚੇ ਲੋਕ ਇਹਨਾਂ ਨੂੰ ਕਿਹਾ ਜਾਂਦਾ ਜਿਹੜੇ ਕਿ ਪਰਮਾਨੈਂਟ ਰੈਜੀਡੈਂਟ ਨਹੀਂ ਹੈਗੇ, ਉਹਨਾਂ ਕੋਲ ਵਿਜ਼ਟਰ ਆਏ ਸੀਗੇ, ਉਦੋਂ ਬਾਅਦ ਉਹ ਬੰਕ ਕਰ ਗਏ, ਮੁੜੇ ਨਹੀਂ ਹੈਗੇ, ਇੱਥੇ ਰਹਿ ਰਹੇ ਆ। ਸਟੂਡੈਂਟ ਵੀਜ਼ੇ 'ਤੇ ਆਏ ਸੀ ਪਰ ਉਦੋਂ ਬਾਅਦ ਪੜ੍ਹਾਈ ਕੀਤੀ ਨਹੀਂ, ਸਮਾਂ ਲੰਘ ਗਿਆ, 30 ਦਿਨ ਦੇ ਵਿੱਚ ਮੁੜਨਾ ਪੈਣਾ ਸੀਗਾ, ਮੁੜੇ ਨਹੀਂ ਹੈਗੇ। ਇੱਦਾਂ ਕਈ ਹੋਰ ਕੈਟੇਗਰੀਜ਼ ਦੇ ਵਿੱਚ ਲੋਕ ਆਏ ਸੀਗੇ, ਜਿਸ ਸ਼ਰਤ ਦੇ ਤਹਿਤ ਆਏ ਸੀ ਉਹ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਅਤੇ ਉਦੋਂ ਬਾਅਦ ਇੱਥੇ ਹੀ ਰਹਿ ਰਹੇ ਆ। ਸੋ ਇਹਨਾਂ ਦੇ ਬਾਰੇ ਇਹ ਵੀ ਗੱਲਬਾਤ ਚੱਲਦੀ ਰਹੀ ਆ ਬਹੁਤ ਲੰਮੇ ਸਮੇਂ ਤੋਂ ਵੀ ਇਹ ਪੱਕੇ ਕਰ ਦੇਣੇ ਆ, ਇੱਥੇ ਲੇਬਰ ਦੀ ਲੋੜ ਬਹੁਤ ਆ। ਪਰ ਪੱਕੇ ਤਾਂ ਨਹੀਂ ਹੋਏ, ਪਰ ਇਹਨਾਂ ਦੀ ਗਿਣਤੀ ਸੰਬੰਧੀ ਨਵੇਂ ਨਵੇਂ ਅੰਕੜੇ ਸਾਹਮਣੇ ਆ ਰਹੇ ਆ ਅਤੇ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਹਾਊਸਿੰਗ ਦੇ ਵਾਸਤੇ ਕਸੂਰਵਾਰ ਠਹਿਰਾਇਆ ਜਾਣ ਲੱਗਾ ਆ। CIBC ਕੈਨੇਡਾ ਦੀ ਇੱਕ ਬਹੁਤ ਵੱਡੀ ਬੈਂਕ ਆ, ਕੈਨੇਡੀਅਨ ਇੰਪੀਰੀਅਲ ਬੈਂਕ ਆਫ ਕਾਮਰਸ ਇਹਦਾ ਪੂਰਾ ਨਾਂ ਆ। ਸੋ ਇਹ ਕਹਿੰਦੇ ਵੀ ਜਿਹੜੇ ਸਰਕਾਰੀ ਅੰਕੜੇ ਆ ਉਹ ਗਲਤ ਆ। ਉਹ ਕਹਿੰਦੇ ਵੀ ਜਿਹੜੀ ਕੈਨੇਡਾ ਦੇ ਵਿੱਚ ਕੱਚੇ ਲੋਕਾਂ ਦੀ ਗਿਣਤੀ ਆ ਉਹ 1 ਮਿਲੀਅਨ ਨਹੀਂ, ਤਕਰੀਬਨ 2 ਮਿਲੀਅਨ ਆ, ਸਰਕਾਰੀ ਅੰਕੜਿਆਂ ਦੇ ਨਾਲੋਂ ਦੁੱਗਣੀ ਆ। ਕਹਿੰਦੇ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਵੀ ਇੰਟਰਨੈਸ਼ਨਲ ਸਟੂਡੈਂਟਸ ਦੇ ਕਾਰਨ ਜ਼ਿਆਦਾ ਗਿਣਤੀ ਦੇ ਕਾਰਨ ਹਾਊਸਿੰਗ ਦੀ ਸਮੱਸਿਆ ਆ ਰਹੀ ਆ, ਤਾਂ ਕਹਿੰਦੇ ਗੱਲ ਇਹ ਵੀ ਹੋਣੀ ਚਾਹੀਦੀ ਆ ਵੀ 2 ਮਿਲੀਅਨ ਬੰਦਾ ਕੱਚਾ ਇੱਥੇ ਰਹਿ ਰਿਹਾ ਆ, ਵੀ ਉਹਦੇ ਕਰਕੇ ਵੀ ਪ੍ਰੋਬਲਮ ਆ ਰਹੀ ਆ। ਅਤੇ ਕੈਨੇਡਾ ਸਰਕਾਰ ਦੇ ਕੋਲ ਇਹੋ ਜਿਹਾ ਕੋਈ ਵੀ ਸਾਧਨ ਹੈ ਨਹੀਂ ਗਾ ਜਿਹੜਾ ਦੱਸ ਸਕੇ ਵੀ ਇਹ ਬੰਦੇ ਵਾਪਸ ਜਾਣੇ ਚਾਹੀਦੇ ਸੀ ਅਤੇ ਕਿਉਂ ਨਹੀਂ ਗਏ ਹੈਗੇ। ਕਹਿੰਦੇ ਵੀ ਜਿਹੜੇ ਲੋਕ ਕੱਚੇ ਸੀਗੇ ਉਹ ਅਮਰੀਕਾ ਚਲੇ ਜਾਂਦੇ, ਉਹਨਾਂ ਦੀ ਐਂਟਰੀ ਪੈ ਜਾਂਦੀ ਆ, ਪਰ ਇਹੋ ਜਿਹਾ ਕੋਈ ਵੀ ਸੌਫਟਵੇਅਰ ਜਾਂ ਪ੍ਰੋਗਰਾਮ ਨਹੀਂ ਹੈਗਾ ਜਿਹਦੇ ਵਿੱਚ ਕੈਨੇਡਾ ਨੂੰ ਇਹ ਪਤਾ ਲੱਗ ਸਕੇ ਕਿ ਜਿਹੜੇ ਕੱਚੇ ਬੰਦੇ ਸੀਗੇ ਹੋਰ ਕਿਹੜੇ ਮੁਲਕ ਦੇ ਵਿੱਚ ਵਾਪਸ ਚਲੇ ਗਏ ਆ। ਉਹ ਇਸ ਕਰਕੇ ਵੱਡੀ ਗਿਣਤੀ ਜਿਹੜੀ ਇੱਥੇ ਰਹਿ ਰਹੀ ਆ। ਲੰਮੇ ਸਮੇਂ ਤੋਂ ਇੱਕ ਪਟੀਸ਼ਨ ਵੀ ਸਾਈਨ ਕੀਤੀ ਗਈ ਸੀਗੀ ਵੀ ਜਿੱਥੇ ਇਮੀਗ੍ਰੇਸ਼ਨ ਵਾਲੇ ਤੁਸੀਂ ਬਾਹਰੋਂ ਮੰਗਾ ਰਹੇ ਆ, ਤੁਸੀਂ ਕਹਿੰਦੇ ਲੇਬਰ ਦੀ ਲੋੜ ਹੈ ਅਤੇ ਜਿਹੜੇ ਬੰਦੇ ਇੱਥੇ ਕੱਚੇ ਆ ਕੈਨੇਡਾ ਵਿੱਚ ਰਹਿ ਰਹੇ ਆ ਉਹਨਾਂ ਨੂੰ ਮੌਕਾ ਦੇ ਦਿਓ, ਪੱਕੇ ਕਰਾ ਦਿਓ। ਅਜਿਹਾ ਮੌਕਾ ਕਰੋਨਾ ਦੇ ਦੌਰਾਨ ਦਿੱਤਾ ਵੀ ਗਿਆ ਸੀਗਾ, ਜਿਹੜੇ ਵਿਜ਼ਟਰ ਆਏ ਹੋਏ ਲੋਕ ਸੀ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਵਰਕ ਪਰਮਿਟ ਲੈ ਲਓ, ਪਰ ਫਿਰ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਜਿਹੜੇ ਕਿਸੇ ਕੈਟਾਗਰੀ ਦੇ ਵਿੱਚ ਨਹੀਂ ਫਿੱਟ ਹੁੰਦੇ। ਸੋ ਉਹਨਾਂ ਦੇ ਉੱਤੇ ਹੁਣ ਅੱਖ ਆਉਣ ਲੱਗ ਪਈ ਆ, ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦੋਸ਼ੀ ਠਹਿਰਾਇਆ ਜਾਣ ਲੱਗਾ ਆ ਅਸਿੱਧੇ ਤਰੀਕੇ, ਵੀ ਇਹ ਕੈਨੇਡਾ ਦੀ ਹਾਊਸਿੰਗ ਸਮੱਸਿਆ ਦੇ ਵਾਸਤੇ ਕਿਤੇ ਨਾ ਕਿਤੇ ਜ਼ਿੰਮੇਵਾਰ ਆ, ਨਾਲ ਦੀ ਨਾਲ ਇਸ਼ਾਰਾ ਜਿਹੜਾ ਜੀ ਹੁਣ ਇਹਨਾਂ ਕੱਚੇ ਲੋਕਾਂ ਵੱਲ ਵੀ ਹੋਣ ਲੱਗਾ। ਜਦੋਂ ਅੱਖਾਂ ਫਿਰਦੀਆਂ ਜੀ ਫਿਰ ਨਾਲ ਹੀ ਸਾਰੀ ਗੱਲ ਵਿਗੜ ਜਾਂਦੀ ਆ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਨੀ ਆ ਸਰੀ ਪੁਲਿਸ ਦੀ। ਸਰੀ ਪੁਲਿਸ ਦਾ ਇੱਕ ਕੌਂਸਟੇਬਲ, ਉਹਦੇ ਉੱਤੇ ਸ਼ਿਕਾਇਤ ਇੱਕ ਜਿਹੜੀ ਆਈ ਸੀਗੀ ਕਿ ਉਹ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਸੀ ਜਦੋਂ ਆਫ ਡਿਊਟੀ ਸੀਗਾ ਅਤੇ ਉਹਦਾ ਲਾਇਸੈਂਸ ਵੀ ਐਕਸਪਾਇਰ ਹੋਇਆ ਹੋਇਆ ਸੀ। ਰਾਜਵੀਰ ਥਾਪਰ, ਕੌਂਸਟੇਬਲ ਰਾਜਵੀਰ ਥਾਪਰ ਦਾ ਨਾਂ ਦੱਸਿਆ ਗਿਆ ਸੀ। ਇਹਦੇ ਉੱਤੇ ਦੋਸ਼ ਇਹ ਲੱਗੇ ਸੀਗੇ ਕਿ ਇਹ ਆਫ ਡਿਊਟੀ ਸੀਗਾ, ਬਿਨਾਂ ਵਰਦੀ ਸੀਗਾ, ਕੰਮ ਦੇ ਉੱਤੇ ਨਹੀਂ ਸੀਗਾ, ਅਤੇ ਇਸ ਦੌਰਾਨ ਉਹਨੂੰ ਇੱਕ ਨਾਕੇ ਦੇ ਉੱਤੇ ਰੋਕਿਆ ਗਿਆ। ਨਾਕੇ 'ਤੇ ਰੋਕ ਕੇ ਉਹਦੀ ਸ਼ਰਾਬ ਪੀਤੀ ਹੋਣ ਦੀ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਉਹ ਆਨਾਕਾਨੀ ਕਰ ਰਿਹਾ ਸੀਗਾ ਅਤੇ ਇੱਕ ਤਰੀਕੇ ਦੇ ਨਾਲ ਆਪਣੇ ਪੋਲਸੀਆ ਹੋਣ ਦਾ ਪ੍ਰਭਾਵ ਦੇ ਰਿਹਾ ਸੀ। ਉਸ ਤੋਂ ਬਾਅਦ ਦੇ ਵਿੱਚ ਇਹ ਵੀ ਪਤਾ ਲੱਗਾ ਵੀ ਜਿਹੜਾ ਡਰਾਈਵਿੰਗ ਲਾਇਸੈਂਸ ਸੀ ਉਹਦੇ ਕੋਲ ਉਹ ਵੀ ਐਕਸਪਾਇਰ ਹੋਇਆ ਸੀ। ਸੋ ਉਸ ਦੇ ਵਾਸਤੇ ਜੀ ਸਰੀ ਪੁਲਿਸ ਵੱਲੋਂ ਜਾਂਚ ਕੀਤੀ ਗਈ ਅਤੇ ਜਾਂਚ ਕਿਉਂਕਿ ਪੁਲਿਸ ਵਾਲੇ ਉਹ ਆਪਣੀ ਆਪ ਹੀ ਕਰਦੇ ਆ, ਉਹਦੇ ਵਿੱਚ ਕੀ ਕੀਤਾ ਗਿਆ ਕਿ ਉਹਨੂੰ 5 ਦਿਨ ਵਾਸਤੇ ਸਸਪੈਂਡ ਕਰ ਦਿੱਤਾ ਗਿਆ ਇਸ ਕਰਕੇ ਕਿ ਉਹਨੇ ਸ਼ਰਾਬ ਪੀਤੀ ਹੋਈ ਸੀ। ਸੋ 3 ਦਿਨ ਵਾਸਤੇ ਸਸਪੈਂਡ ਇਸ ਕਰਕੇ ਕਰਤਾ ਕਿ ਉਹਨੇ ਡਰਾਈਵਿੰਗ ਲਾਇਸੈਂਸ ਐਕਸਪਾਇਰ ਰੱਖਿਆ ਹੋਇਆ ਸੀ। ਸੋ ਕੀ ਇਹ ਸਜ਼ਾ ਕਾਫੀ ਸੀਗੀ? ਜੇ ਕੋਈ ਆਮ ਬੰਦਾ ਇਹੋ ਜਿਹੀ ਗਲਤੀ ਕਰੇ ਤਾਂ ਇੰਨੀ ਸਜ਼ਾ ਮਿਲਦੀ ਆ ਵੀ ਉਹ ਸ਼ਰਾਬ ਪੀਤੀ ਤਾਂ ਫੜਿਆ ਜਾਵੇ ਤਾਂ ਉਹਦਾ ਡਰਾਈਵਿੰਗ ਲਾਇਸੈਂਸ ਐਕਸਪਾਇਰ ਹੋਇਆ ਹੋਵੇ। ਇਸ ਮਾਮਲੇ ਨੂੰ ਹੁਣ ਕਾਫੀ ਤੂਲ ਜਿਹੜੀ ਆ ਮਿਲ ਰਹੀ ਆ।
ਮੰਨ ਲਿਆ ਵੀ ਉਹਦਾ ਡਰਾਈਵਿੰਗ ਲਾਇਸੈਂਸ ਐਕਸਪਾਇਰ ਹੋਇਆ ਸੀਗਾ ਅਤੇ ਉਹ ਆਫ ਡਿਊਟੀ ਸੀਗਾ, ਪਰ ਇਹਦਾ ਮਤਲਬ ਇਹ ਹੋਇਆ ਵੀ ਜਦੋਂ ਡਿਊਟੀ ਦੇ ਉੱਤੇ ਵੀ ਜਾਂਦਾ ਸੀਗਾ ਫਿਰ ਵੀ ਤਾਂ ਉਹੀ ਐਕਸਪਾਇਰ ਡਰਾਈਵਿੰਗ ਲਾਇਸੈਂਸ ਇਹ ਵਰਤ ਰਿਹਾ ਸੀ। ਸੋ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜੁਰਮ ਆ। ਸੋ ਇਹ ਸ਼ਿਕਾਇਤ ਜਿਹੜੀ ਇਹਦੀ ਚੱਲ ਗਈ ਆ ਪੁਲਿਸ ਕੰਪਲੇਂਟ ਕਮਿਸ਼ਨਰ ਦੇ ਕੋਲ, ਅਤੇ ਪੁਲਿਸ ਕੰਪਲੇਂਟ ਕਮਿਸ਼ਨਰ ਨੇ ਇਹਦੀ ਨਿਰਪੱਖ ਜਾਂਚ ਵਾਸਤੇ ਇੱਕ ਸਾਬਕਾ ਜੱਜ ਨੂੰ ਨਿਯੁਕਤ ਕਰ ਦਿੱਤਾ ਆ ਵੀ ਜਿਹੜੀ ਸਰੀ ਪੁਲਿਸ ਬੋਰਡ ਨੇ ਆਪਣੇ ਕਾਂਸਟੇਬਲ ਦੀ ਜਾਂਚ ਕੀਤੀ ਆ, ਜਾਂਚ ਦੇ ਆਧਾਰ ਦੇ ਉੱਤੇ ਜਿਹੜੀ ਕੁਝ ਦਿਨਾਂ ਦੀ ਸਸਪੈਂਸ਼ਨ ਕੀਤੀ ਆ ਵੀ ਕੀ ਜਾਇਜ਼ ਸਜ਼ਾ ਆ, ਜਿੱਦੂ ਵੱਧ ਸਜ਼ਾ ਮਿਲਣੀ ਚਾਹੀਦੀ ਆ। ਕਿਉਂਕਿ ਜੇਕਰ ਪੁਲਿਸ ਵਾਲਾ ਜਿਹਨੂੰ ਕਿ ਸਾਰੇ ਕਾਨੂੰਨ ਪਤੇ ਆ, ਬੇਸ਼ੱਕ ਉਹ ਡਿਊਟੀ ਦੇ ਉੱਤੇ ਨਹੀਂ ਆ, ਉਹ ਸ਼ਰਾਬ ਪੀ ਕੇ ਗੱਡੀ ਚਲਾਉਂਦਾ, ਐਕਸਪਾਇਰ ਹੋਏ ਡਰਾਈਵਿੰਗ ਲਾਇਸੈਂਸ ਨਾਲ ਗੱਡੀ ਚਲਾਉਂਦਾ, ਤਾਂ ਕੀ ਉਹਦੀ ਸਜ਼ਾ ਆਮ ਲੋਕਾਂ ਨਾਲੋਂ ਵੱਧ ਨਹੀਂ ਹੋਣੀ ਚਾਹੀਦੀ? ਇਹ ਆਮ ਲੋਕਾਂ ਦੇ ਖਿਆਲ ਹੈਗੇ ਆ। ਸੋ ਇਸ ਵਾਸਤੇ ਇੱਕ ਸਾਬਕਾ ਜੱਜ ਜਿਹੜੇ ਨੇ ਜੀ BC ਸੁਪਰੀਮ ਕੋਰਟ ਦੇ ਜਸਟਿਸ ਅਲਿਜ਼ਬੈਥ ਅਰਨੋਲਡ ਬੈਲੇ, ਉਹਨਾਂ ਨੂੰ ਨਿਯੁਕਤ ਕਰ ਦਿੱਤਾ ਗਿਆ। ਉਹ ਹੁਣ ਇਸ ਸਾਰੀ ਫਾਈਲ ਦੀ ਸਮੀਖਿਆ ਕਰਨਗੇ, ਰਿਵਿਊ ਕਰਨਗੇ, ਅਤੇ ਫਿਰ ਦੱਸਣਗੇ ਵੀ ਇਹਦੇ ਵਿੱਚੋਂ ਕੀ ਹੋਰ ਨਿਕਲਦਾ ਜੀ। ਗੱਲ ਅਮਰੀਕਾ ਦੀ ਕਰੀਏ ਤਾਂ ਅਮਰੀਕਾ ਦੇ ਵਿੱਚ ਹਰੀਕੇਨ ਦੀ ਜਿਹੜੀ ਆ ਚੇਤਾਵਨੀ ਦਿੱਤੀ ਹੋਈ ਆ, ਜਿਹੜੀ ਕਿ ਹੁਣ ਘਟਾ ਕੇ ਟ੍ਰੋਪੀਕਲ ਸਟੋਰਮ ਕਰ ਦਿੱਤੀ ਗਈ ਆ। ਜਿਹੜਾ ਇਹ ਜੋਰਜੀਆ, ਫਲੋਰਿਡਾ, ਤੱਟੀ ਜਿਹੜੇ ਇਲਾਕੇ ਨੇ ਅਮਰੀਕਾ ਦੇ, ਉੱਥੇ ਇਹ ਤੂਫਾਨ ਅਕਸਰ ਆਉਂਦੇ ਨੇ। ਬਹੁਤ ਸਾਰਾ ਨੁਕਸਾਨ ਹੋਣ ਦਾ ਅੰਦਾਜ਼ਾ ਜਿਹੜਾ ਲਾਇਆ ਗਿਆ ਆ, ਪਰ ਇੰਨਾ ਜ਼ਰੂਰ ਆ ਵੀ ਹਰੀਕੇਨ ਤੋਂ ਘਟਾ ਕੇ ਹੁਣ ਟ੍ਰੋਪੀਕਲ ਸਟੋਰਮ ਕਰ ਦਿੱਤਾ ਗਿਆ। ਦੂਜੇ ਪਾਸੇ ਸਿਆਸੀ ਤੂਫਾਨ ਜਿਹੜਾ ਜੋ ਪੂਰਾ ਆਇਆ ਹੋਇਆ, ਆਪਾਂ ਜਾਣਦੇ ਹਾਂ ਕਿ ਪਿਛਲੇ ਹਫ਼ਤੇ ਟਰੰਪ ਉਹਨਾਂ ਨੂੰ ਪੇਸ਼ ਹੋਣਾ ਪਿਆ ਸੀਗਾ ਅਦਾਲਤ ਦੇ ਵਿੱਚ। ਸੋ ਅਦਾਲਤ 'ਚ ਪੇਸ਼ ਹੋਣ ਤੋਂ ਬਾਅਦ ਉਹਨਾਂ ਦਾ ਮੱਗ ਸ਼ੋਟ ਲਿਆ ਗਿਆ। ਮੱਗ ਸ਼ੋਟ ਕਹਿੰਦੇ ਆ ਵੀ ਜਦੋਂ ਥਾਣੇ ਬੰਦਾ ਪੇਸ਼ ਹੁੰਦਾ, ਉਹਦੀਆਂ ਤਸਵੀਰਾਂ ਖਿੱਚੀਆਂ ਜਾਂਦੀਆਂ ਇੱਕ ਬੋਰਡ ਦੇ ਮੂਹਰੇ ਖੜਾ ਕੇ, ਜਿਹੜੀਆਂ ਫਿਰ ਪਬਲਿਕਲੀ ਜਾਰੀ ਕੀਤੀਆਂ ਜਾਂਦੀਆਂ। ਅਕਸਰ ਅਪਰਾਧੀਆਂ ਦੇ ਬਾਰੇ ਤੁਸੀਂ ਦੇਖੀਏ ਹੋਣੇ ਇਹੋ ਜਿਹੇ ਮੱਗ ਸ਼ੋਟਸ। ਸੋ ਮੱਗ ਸ਼ੋਟਸ ਜਿਹੜੇ ਆ ਜੀ ਉਹ ਟਰੰਪ ਹੋਣਾ ਦੇ ਵੀ ਜਾਰੀ ਕੀਤੇ ਗਏ, ਮੁੜ ਕੇ ਤਾਂ ਉਹਨਾਂ ਦੀਆਂ ਕਹਿੰਦੇ ਵੀ ਚੀਜ਼ਾਂ ਬਣਨ ਲੱਗ ਪਈਆਂ। ਟੀ ਸ਼ਰਟਾਂ ਦੇ ਉੱਤੇ ਮੱਗ ਸ਼ੋਟ ਲੱਗ ਗਿਆ, ਉਹ ਚਾਹ ਪੀਣ ਵਾਲੇ ਕੱਪਾਂ ਦੇ ਉੱਤੇ ਲੱਗ ਗਿਆ, ਕਲੋਕਸ ਜਿਹੜੇ ਨਾਂ ਦੇ ਬਣਨ ਲੱਗ ਪਏ, ਕਾਫੀ ਮਸ਼ਹੂਰ ਹੋਇਆ। ਸੋ ਇੱਕ ਪੱਤਰਕਾਰ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਇਹਦੇ ਬਾਰੇ ਪੁੱਛਿਆ, ਤਾਂ ਉਹ ਕਹਿੰਦੇ ਵੀ ਮੈਂ ਆਹੋ TV ਦੇ ਉੱਤੇ ਦੇਖਿਆ ਸੀ ਟਰੰਪ ਉਹਨਾਂ ਨੂੰ ਮੱਗ ਸ਼ੋਟ ਉਹਨਾਂ ਦਾ ਦੇਖਿਆ ਸੀਗਾ, ਹੈਂਡਸਮ ਲੱਗ ਰਹੇ ਸੀ ਕਹਿੰਦੇ। ਸੋ ਇੱਕ ਉਹਨਾਂ ਨੇ ਟਿਚਰ ਕੀਤੀ ਜਿਹੜੀ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਸੀ। ਹੁਣ ਤੁਹਾਨੂੰ ਪਤਾ ਵੀ ਟਰੰਪ ਜਿਹੜੇ ਕਿੱਥੇ ਚੁੱਪ ਰਹਿਣ ਵਾਲੇ ਆ। ਸੋ ਉਹਨਾਂ ਨੇ ਜਿਹੜਾ ਮੋੜਵਾਂ ਜਵਾਬ ਦਿੱਤਾ ਉਹ ਬੜਾ ਖਤਰਨਾਕ ਦਿੱਤਾ। ਉਹ ਕਹਿੰਦੇ ਵੀ ਜਿਹੜੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਆ, ਇਹ ਗੁੰਗਾ ਆ, ਇਹ ਮੂਰਖ ਆ, ਇਹ ਪਾਗਲ ਆ, ਅਤੇ ਇਹ ਅਯੋਗ ਆ, ਇਹ ਕੈਪੇਬਲ ਨਹੀਂ ਹੈਗਾ ਅਮਰੀਕਾ ਨੂੰ ਚਲਾਉਣ ਦੇ। ਕਹਿੰਦੇ ਇਹਨੇ ਅਮਰੀਕਾ ਦੇ ਵਿੱਚ ਮਾਹੌਲ ਬਹੁਤ ਖਤਰਨਾਕ ਬਣਾ ਦਿੱਤਾ ਆ, ਇਹਨੂੰ ਮਾਨਸਿਕ ਸਮੱਸਿਆ ਆ, ਇਹ ਅਮਰੀਕਾ ਦੇਸ਼ ਨੂੰ ਨਰਕ ਵੱਲ ਲਿਜਾ ਰਿਹਾ ਆ, ਅਤੇ ਇਹਦੇ ਜਿਹੜੇ ਕਰਕੇ ਤੀਜਾ ਵਿਸ਼ਵ ਯੁੱਧ ਜਿਹੜਾ ਆ ਬਹੁਤ ਜਲਦ ਛਿੜ ਸਕਦਾ ਆ। ਸੋ ਟਰੰਪ ਨੇ ਅੰਦਰ ਜਿੰਨਾ ਵੀ ਗੁੱਸਾ ਭਰਿਆ ਹੋਇਆ ਸੀਗਾ ਉਹ ਸਾਰਾ ਇੱਕੋ ਵਾਰ ਕੱਢ ਦਿੱਤਾ ਆ। ਸੋ ਜੋ ਬਾਈਡਨ ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਆ, ਉਹਨਾਂ ਨੂੰ ਗੂੰਗਾ, ਮੂਰਖ, ਪਾਗਲ, ਤੀਜਾ ਵਿਸ਼ਵ ਯੁੱਧ ਕਰਵਾਉਣ ਵਾਲਾ ਕਰਾਰ ਦੇ ਦਿੱਤਾ ਜੀ। ਸੋ ਟਰੰਪ ਜਿਹੜੇ ਜੀ ਇਸ ਵੇਲੇ ਅਦਾਲਤੀ ਕਾਰਵਾਈ ਦਾ ਜਿਹੜਾ ਸਾਹਮਣਾ ਕਰ ਰਹੇ ਆ, ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ ਸੀਗਾ। ਹੁਣ ਸਾਬਕਾ ਰਾਸ਼ਟਰਪਤੀ ਜਿਹੜੇ ਆ ਜੀ ਉਹ ਨਾਰਾਜ਼ ਸੀਗੇ ਕਿਉਂਕਿ ਮੌਜੂਦਾ ਰਾਸ਼ਟਰਪਤੀ ਨੇ ਉਹਨਾਂ ਦੇ ਉੱਤੇ ਟਿੱਪਣੀ ਕੀਤੀ ਆ, ਅਤੇ ਉਹਦਾ ਟਿੱਪਣੀ ਦਾ ਜਵਾਬ ਉਹਨਾਂ ਨੇ ਬੜੇ ਸਖ਼ਤ ਲਹਿਜ਼ੇ ਦੇ ਵਿੱਚ ਦਿੱਤਾ ਹੈ ਜੀ। ਅਤੇ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਪੰਜਾਬ ਸਰਕਾਰ ਦੀ। ਪੰਜਾਬ ਸਰਕਾਰ ਜਦੋਂ ਹੋਂਦ ਵਿੱਚ ਆਈ, ਲੋਕਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਵੀ ਕਾਂਗਰਸੀਏ ਵੀ ਚੱਲ ਗਏ, ਅਕਾਲੀ ਵੀ ਚੱਲ ਗਏ, ਵੀ ਹੁਣ ਤਾਂ ਆਮ ਆਦਮੀ ਪਾਰਟੀ ਸਰਕਾਰ ਆ ਗਈ ਆ, ਵੀ ਹੁਣ ਤਾਂ ਜਦੋਂ ਕਹਿੰਦੇ ਵੀ ਬਹੁਤ ਵਧੀਆ ਕੰਮ ਪੰਜਾਬ ਵਿੱਚ ਹੋਣੇ, ਲੋਕਾਂ ਨੂੰ ਆਸਾਂ ਬੜੀਆਂ ਸੀਗੀਆਂ। ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ, ਇਹ ਦੋ ਅਜਿਹੇ ਲੋਕ ਸੀਗੇ ਜਿਨ੍ਹਾਂ ਨੇ ਅੰਦਰ ਖਾਤੇ ਵੀ ਅਤੇ ਖੁੱਲ੍ਹ ਕੇ ਵੀ ਸਮਰਥਨ ਕੀਤਾ ਭਗਵੰਤ ਮਾਨ ਹੋਣਾ ਦਾ, ਆਮ ਆਦਮੀ ਪਾਰਟੀ ਦੀ ਸਰਕਾਰ ਦਾ। ਵੀ ਬਾਕੀ ਤਾਂ ਹੁਣ ਸਾਰੇ ਆਪਾਂ ਦੇਖ ਲਏ ਆ, ਅਤੇ ਇਹ ਜਿੱਤ ਜਾਣ ਤਾਂ ਕੁਛ ਭਲਾ ਹੋਊਗਾ। ਪਿਛਲੇ ਹਫ਼ਤੇ ਆਪਾਂ ਦੇਖਿਆ, ਪਿਛਲੇ ਮਹੀਨੇ ਦੇਖਿਆ ਵੀ ਕਿਵੇਂ ਕਿਸਾਨਾਂ ਦੇ ਡਾਂਗ ਫਿਰੀ ਆ, ਛੱਲੀਆਂ ਵਾਂਗੂ ਕੁੱਟੇ ਗਏ ਆ। ਦੂਜੇ ਪਾਸੇ ਹੁਣ ਗੱਲ ਸੀ ਮੁਲਾਜ਼ਮਾਂ ਦੀ, ਜਦੋਂ ਭਗਵੰਤ ਮਾਨ ਹੁਣੀ ਮੁੱਖ ਮੰਤਰੀ ਬਣ ਕੇ ਸੈਕਟਰੀਏਟ ਪਹੁੰਚੇ ਤਾਂ ਫੁੱਲਾਂ ਦੀ ਵਰਖਾ ਜਿਹੜੀ ਆ ਮੁਲਾਜ਼ਮਾਂ ਵੱਲੋਂ ਉਹਨਾਂ ਦੇ ਉੱਤੇ ਕੀਤੀ ਗਈ ਸੀ। ਬੜੀ ਵੀਡੀਓ ਜਿਹੜੀ ਆ ਵਾਇਰਲ ਹੋਈ ਸੀਗੀ, ਮੁਲਾਜ਼ਮ ਬੜੇ ਖੁਸ਼ ਸੀਗੇ ਵੀ ਹੁਣ ਇਹ ਬੰਦਾ ਸਾਡਾ ਆ ਗਿਆ, ਸਾਡੀਆਂ ਵੋਟਾਂ ਦੇ ਨਾਲ ਬਣਿਆ ਆ, ਸਾਨੂੰ ਨੌਕਰੀਆਂ ਵੀ ਮਿਲਣਗੀਆਂ, ਮਾਣ ਸਤਿਕਾਰ ਵੀ ਪੂਰਾ ਮਿਲੂਗਾ। ਪਰ ਹੁਣ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਐਸਮਾ ਲਾਗੂ ਕਰ ਦਿੱਤਾ ਹੈ ਜੀ, ਅਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ, ਇਹਨੂੰ ਐਸਮਾ ਕਿਹਾ ਜਾਂਦਾ ਆ, ਜਿਹੜਾ ਕਿ 31 ਅਕਤੂਬਰ ਤੱਕ ਲਾਗੂ ਰਹੂਗਾ। ਇਹਦਾ ਮਤਲਬ ਇਹ ਆ ਵੀ 31 ਅਕਤੂਬਰ ਤੱਕ ਪੰਜਾਬ ਦਾ ਕੋਈ ਵੀ ਮੁਲਾਜ਼ਮ ਹੜਤਾਲ 'ਤੇ ਨਹੀਂ ਜਾ ਸਕਦਾ। ਸੋ ਜਿਹੜਾ ਇੱਕ ਮੁਲਾਜ਼ਮਾਂ ਦੇ ਕੋਲ ਹੱਕ ਸੀਗਾ ਪਿਛਲੀਆਂ ਸਰਕਾਰਾਂ ਦੇ ਵਿੱਚ, ਚਾਹੇ ਉਹ ਕਾਂਗਰਸ ਦੀ ਸੀ ਚਾਹੇ ਅਕਾਲੀਆਂ ਦੀ ਸੀ, ਜਦੋਂ ਨਾਰਾਜ਼ ਹੋ ਜਾਂਦੇ ਸੀ, ਕੰਮਕਾਰ ਜਿਹੜਾ ਸਹੀ ਤਰੀਕੇ ਨਾਲ ਨਹੀਂ ਚੱਲਦਾ ਸੀ, ਉਹਨਾਂ ਦੀਆਂ ਮੰਗਾਂ ਹੁੰਦੀਆਂ ਸੀ
ਉਹ ਹੜਤਾਲ 'ਤੇ ਚਲੇ ਜਾਂਦੇ ਹੁੰਦੇ ਸੀ, ਪਰ ਇਹ ਫੁੱਲ ਬਰਸਾ ਕੇ ਬਣਾਏ ਗਏ ਮੁੱਖ ਮੰਤਰੀ ਜਿਹੜੇ ਕਿ ਮੁਲਾਜ਼ਮਾਂ ਨੇ ਹੀ ਲਿਆਂਦਾ ਸੀਗਾ, ਉਹਨੇ ਚੱਕ ਕੇ ਹੜਤਾਲ ਕਰਨ ਦੇ ਉੱਤੇ ਵੀ ਰੋਕ ਲਾ ਦਿੱਤੀ ਆ। ਉਹ ਕਹਿੰਦੇ ਵੀ ਹੜਤਾਲ ਸਾਨੂੰ ਪ੍ਰਵਾਨ ਨਹੀਂ ਹੈਗੀ। ਸੋ ਹੋਇਆ ਇਸ ਤਰੀਕੇ ਸੀਗਾ ਕਿ ਪਟਵਾਰ ਯੂਨੀਅਨ ਵੱਲੋਂ, ਡੀ ਸੀ ਦਫ਼ਤਰ 'ਚ ਤੈਨਾਤ ਕਰਮਚਾਰੀਆਂ ਵੱਲੋਂ, ਕੁਝ ਹੋਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਕਲਮ ਛੋੜ ਹੜਤਾਲ ਦੀ ਧਮਕੀ ਦਿੱਤੀ ਗਈ ਸੀਗੀ। ਉਹਨਾਂ ਦੀਆਂ ਮੰਗਾਂ ਸੀਗੀਆਂ ਕਿ ਅਸੀਂ ਲੰਮੇ ਸਮੇਂ ਤੋਂ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਹਾਂ, ਮੁੱਖ ਮੰਤਰੀ ਦੇ ਅਧਿਕਾਰੀਆਂ ਨੂੰ ਮਿਲਣਾ ਚਾਹੁੰਦੇ ਹਾਂ, ਤਰੀਕ ਨਹੀਂ ਦਿੱਤੀ ਜਾ ਰਹੀ, ਲਾਰੇ ਲਾਏ ਜਾ ਰਹੇ ਆ। ਅਤੇ ਅਖੀਰ ਦੇ ਵਿੱਚ ਜਦੋਂ ਲਾਰੇ ਵੀ ਲਾ ਲਾ ਕੇ ਅੱਕ ਗਏ, ਤਾਂ ਜਦੋਂ ਕਰਮਚਾਰੀਆਂ ਨੇ ਗੱਲੇ ਕੀਤੀ ਵੀ ਅਸੀਂ ਹੜਤਾਲ 'ਤੇ ਜਾ ਸਕਦੇ ਹਾਂ, ਤਾਂ ਸਰਕਾਰ ਦਾ ਜਵਾਬ ਉਹਰੋਂ ਇਹ ਸੀ ਜਿਹੜਾ ਭਗਵੰਤ ਮਾਨ ਨੇ ਟਵੀਟ ਦੇ ਰੂਪ ਦੇ ਵਿੱਚ ਦਿੱਤਾ ਕਿ ਕਿਸ ਨੂੰ ਕਲਮ ਦੇਣੀ ਹੈ ਜਾਂ ਨਹੀਂ ਇਹ ਅਸੀਂ ਦੱਸਾਂਗੇ। ਕਹਿੰਦੇ ਤੁਸੀਂ ਕਲਮ ਛੱਡ ਕੇ ਜਾਓ, ਉਦੋਂ ਬਾਅਦ ਫਿਰ ਤੁਹਾਡੀ ਕਲਮ ਅਸੀਂ ਕਿਸ ਨੂੰ ਦੇਣੀ ਆ ਇਹ ਅਸੀਂ ਤੈਅ ਕਰਾਂਗੇ। ਸਾਡੇ ਕੋਲ ਬਹੁਤ ਸਾਰੇ ਪੜ੍ਹੇ ਲਿਖੇ ਬੇਰੁਜ਼ਗਾਰ ਮੌਜੂਦ ਨੇ ਜਿਹੜੇ ਤੁਹਾਡੇ ਵਾਲੀਆਂ ਕਲਮਾਂ ਫੜਨ ਨੂੰ ਤਿਆਰ ਬੈਠੇ ਆ, ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣ ਦਿੱਤੀ ਜਾਊਗੀ। ਸੋ ਉਹ ਮੁਲਾਜ਼ਮ ਜਿਹੜੇ ਫੁੱਲ ਬਰਸਾ ਰਹੇ ਸੀ, ਉਹਨਾਂ ਨੂੰ ਲੱਗਦਾ ਵੀ ਇਹ ਤਾਂ ਹੁਣ ਮਖਮਲੀ ਗੱਦਿਆਂ 'ਤੇ ਬਿਠਾ ਕੇ ਸਾਨੂੰ ਰੱਖੂਗਾ, ਅਤੇ ਉਹ ਭਗਵੰਤ ਮਾਨ ਹੁਣੀ ਐਸਮਾ ਵੀ ਲਾਗੂ ਕਰ ਦਿੱਤਾ ਵੀ ਹੜਤਾਲ 'ਤੇ ਨਹੀਂ ਜਾ ਸਕਦੇ, ਅਤੇ ਨਾਲੇ ਵੀ ਕਹਿ ਦਿੱਤਾ ਵੀ ਜੇ ਹੜਤਾਲ 'ਤੇ ਗਏ ਆ ਤੁਹਾਡੀਆਂ ਨੌਕਰੀਆਂ ਵੀ ਜਾ ਸਕਦੀਆਂ, ਤੁਹਾਡੀਆਂ ਕਲਮਾਂ ਜਿਹੜੀਆਂ ਛੱਡੀਆਂ ਹੋਈਆਂ ਆ ਉਹ ਕਿਸੇ ਹੋਰ ਨੂੰ ਵੀ ਫੜਾਈਆਂ ਜਾ ਸਕਦੀਆਂ, ਤੁਹਾਡੇ ਮਗਰ ਵੱਡੀ ਲਾਈਨ ਲੱਗੀ ਹੋਈ ਆ ਬੇਰੁਜ਼ਗਾਰ ਲੋਕਾਂ ਦੀ। ਸੋ ਮੁੱਖ ਮੰਤਰੀ ਦੀ ਧਮਕੀ ਤੋਂ ਬਾਅਦ ਪਟਵਾਰ ਯੂਨੀਅਨ ਨੇ ਐਲਾਨ ਕਰਤਾ ਵੀ ਅਸੀਂ ਧਮਕੀਆਂ ਤੋਂ ਡਰਦੇ ਨਹੀਂ, ਅਸੀਂ ਹੜਤਾਲ ਦੇ ਉੱਤੇ ਹਰ ਹਾਲ ਜਿਹੜੇ ਆ ਉਹ ਜਾਵਾਂਗੇ, ਇਹ ਸਾਨੂੰ ਡਰਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ। ਸੋ ਇਸ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਦਬਕਾ ਮਾਰਿਆ ਆ, ਦੂਜੇ ਪਾਸਿਓਂ ਜਿਹੜੇ ਮੁਲਾਜ਼ਮ ਜਥੇਬੰਦੀਆਂ ਆ ਉਹ ਕਹਿ ਰਹੀਆਂ ਵੀ ਅਸੀਂ ਸਰਕਾਰ ਦੇ ਦਬਕੇ ਤੋਂ ਡਰਦੇ ਨਹੀਂ, ਅਸੀਂ ਹੜਤਾਲ 'ਤੇ ਜਾਣਾ ਹੀ ਜਾਣਾ ਆ। ਇੱਕ ਵਾਰੀ ਪੰਜਾਬ ਸਰਕਾਰ ਅਤੇ ਮੁਲਾਜ਼ਮਾਂ ਦੇ ਵਿਚਾਲੇ ਟਕਰਾਅ ਦੇ ਹਾਲਾਤ ਜਿਹੜੇ ਆ ਜੀ ਉਹ ਪੈਦਾ ਹੋ ਗਏ ਆ। ਸੋ ਇਹਦਾ ਕੋਈ ਵਿੱਚ ਵਿਚਾਲੇ ਸਿਆਣਾ ਬੰਦਾ ਪਾ ਕੇ ਹੱਲ ਕੋਈ ਕੱਢਦਾ ਆ ਜਾਂ ਨਹੀਂ ਇਹ ਗੱਲ ਵੱਖਰੀ ਆ, ਪਰ ਇੰਨਾ ਗੱਲ ਪੱਕਾ ਆ ਵੀ ਪਹਿਲਾਂ ਕਿਸਾਨਾਂ ਨੇ, ਕਿਸਾਨ ਯੂਨੀਅਨਾਂ ਨੇ ਚੋਰੀ ਛੁਪੇ ਜਿਹੜਾ ਨਾਲ ਹੋ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਵਾਈਆਂ, ਉਹਨਾਂ ਦੇ ਡਾਂਗ ਫਿਰੀ ਆ, ਉਹਨਾਂ ਦੀਆਂ ਮੰਗਾਂ ਨਹੀਂ ਜਿਹੜੀਆਂ ਪੂਰੀਆਂ ਹੋ ਰਹੀਆਂ, ਉਹਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਜਾ ਰਿਹਾ, ਅਤੇ ਦੂਜੇ ਪਾਸੇ ਮੁਲਾਜ਼ਮ ਜਿਹੜੇ ਕਿ ਫੁੱਲ ਬਰਸਾ ਰਹੇ ਸੀ ਭਗਵੰਤ ਮਾਨ 'ਤੇ ਵੀ ਨਜ਼ਾਰਾ ਆ ਗਿਆ ਸਰਕਾਰ ਸਾਡੀ ਬਣ ਗਈ ਆ, ਉਹਨਾਂ ਤੋਂ ਹੜਤਾਲ ਕਰਨ ਦਾ ਹੱਕ ਵੀ ਭਗਵੰਤ ਮਾਨ ਸਰਕਾਰ ਨੇ ਖੋਹ ਲਿਆ ਆ। ਇਹੀ ਬਦਲਾਅ ਆ ਜੀ। ਇੱਥੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ, ਕੱਲ੍ਹ ਨੂੰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ, ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।